ਤੁਸੀਂ ਸਾਰੇ ਗੁਰੂ ਮਹਾਰਾਜ ਦੇ ਪੁੱਤਰ ਗੁਰਕਲੰਗੀਰ ਦੇ ਪਾਤਸ਼ਾਹ ਦੇ ਪੁੱਤਰ ਬੈਠੇ ਹੋ ਦੀਪ ਸਿੱਧੂ ਨੇ ਮੋਰਚਾ ਲਾਇਆ ਹੋਇਆ ਹੈ ਮੋਰਚੇ ਦੇ ਵਿੱਚ ਉਹ ਗੱਲ ਆਪਣੀ ਹੋਂਦ ਦੀ ਕਰ ਰਹੇ ਨੇ ਕਿਸਾਨੀ ਦੀ ਗੱਲ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹ ਵੀ ਕਰੀਆਂ ਨੇ ਇਹ ਵੀ ਕਰ ਰਹੇ ਨੇ ਪਰ ਜਿਹੜੀ ਗੱਲ ਹੋਂਦ ਦੀ ਹੈ ਉਹ ਬਹੁਤ ਵੱਡੀ ਹੈ ਮੇਰੀ ਉਮਰ 39-44 ਸਾਲ ਦੇ ਕਰੀਬ ਹੈ 84 ਵੇਲੇ ਮੈਂ 10-12 ਸਾਲਾਂ ਦਾ ਹੋਊਂਗਾ ਤੇ 10-12 ਸਾਲਾਂ ਦੇ ਵਿੱਚ ਇੰਨਾ ਕੁ ਤੇ ਪਤਾ ਮੈਨੂੰ ਵੀ 84 ਵਿੱਚ ਕੁਝ ਵਾਪਰ ਰਿਹਾ ਉਸ ਤੋਂ ਬਾਅਦ ਮੇਰੀ ਇੰਨੀ ਉਮਰ ਹੋ ਗਈ ਹੈ ਪਰ ਮੈਂ ਕਦੇ ਉਸ ਸਿਨੈਰੀਓ ਨੂੰ ਉਸ ਵਰਤਾਰੇ ਨੂੰ ਇਸ ਨੇ ਅੱਛੇ ਢੰਗ ਨਾਲ ਸਮਝਾਉਂਦਿਆਂ ਕਿਸੇ ਨੇ ਨਹੀਂ ਵੇਖਿਆ ਜਿਨ੍ਹਾਂ ਦੀਪ ਸਿੱਧੂ ਨੇ ਦੱਸਿਆ ਕਿ ਕਿਹਦੇ ਲਈ ਲੜਾਈ ਲੜੀ ਗਈ ਹੈ ਅਕਾਲ ਤਖਤ ਤੇ ਸਾਡੇ ਲਈ ਲੜੀ ਗਈ ਜਿਹੜਾ MSP ਦਾ ਰੋਲਾ ਅੱਜ ਪਿਆ ਉਹ ਉਸ ਟਾਈਮ ਵੀ ਸੰਤਾਂ ਨੂੰ ਪਤਾ ਸੀ ਕਿ ਵਈ MSP ਇੱਕ ਦਿਨ ਇਹ ਚੀਜ਼ ਬਣ ਜਾਏਗੀ ਕਿ ਸਾਨੂੰ ਨਹੀਂ ਮਿਲੂਗੀ ਰਹੀ ਗੱਲ MSP ਦੀ MSP ਵੀ ਜਦੋਂ ਦਿੰਦੇ ਆ ਕਿੰਨੀਕ ਦਿੰਦੇ ਆ ਸਰਕਾਰਾਂ ਦਾ ਸੈਂਟਰ ਦਾ ਇਹ ਹਮੇਸ਼ਾ ਰੋਲ ਰਿਹਾ ਹੈ ਕਿ ਪੰਜਾਬ ਨੂੰ ਪੰਜਾਬੀਅਤ ਨੂੰ ਸਿੱਖਾਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਰੱਖਿਆ ਜਾਏ ਤਾਂ ਕਿ ਉਹ ਜੇ ਆਰਥਿਕ ਤੌਰ ਤੇ ਸੁਖਾਲੇ ਹੋਣਗੇ ਤਾਂ ਦਿੱਲੀ ਵੱਲ ਨੂੰ ਆਣਗੇ ਜੇ ਦਿੱਲੀ ਵੱਲ ਨੂੰ ਆਣਗੇ ਤਾਂ ਉਹਨਾਂ ਲਈ ਪ੍ਰੋਬਲਮ ਕ੍ਰੀਏਟ ਹੋਊਗੀ ਸਾਨੂੰ ਇਸੇ ਹੀ ਚੱਕਰ ਚ ਪਾਇਆ ਹੋਇਆ ਹੈ ਕਿ ਪੈਸਾ 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 ਉਸੇ ਲਈ ਅਸੀਂ ਕੈਨੇਡਾ ਜਾਂਦੇ ਆ ਸਾਡੀਆਂ ਜੋੜਾਂ ਲੋੜਾਂ ਜੜੀਆਂ ਨੇ ਉਹੀ ਪੂਰੀਆਂ ਨਹੀਂ ਹੁੰਦੀਆਂ ਲੋੜਾਂ ਪੂਰੀਆਂ ਉਹ ਕਿਸਾਨ ਜੀ ਉਹ ਕਰਦਾ ਹੈ ਨਾਜਾਇਜ਼ ਖਰਚੇ ਕਰਦਾ ਹੈ ਕੁਝ ਲੋਕ ਇਹੋ ਜੇ ਵੀ ਵਿੱਚ ਪੈਦਾ ਹੋ ਜਾਂਦੇ ਨੇ ਜਿਹੜੇ ਕਹਿੰਦੇ ਨੇ ਕਿਦੇ ਵਿਆਹ ਤੇ ਖਰਚਾ ਕਰ ਲਿਆ ਜੀ ਉਹਨੇ ਬਹੁਤ ਕਰਦਾ ਹੈ ਦੋ ਸਮੱਸਿਆਵਾਂ ਕਿਸਾਨ ਨੂੰ ਆndੀਆਂ ਨੇ ਇੱਕ ਬਿਮਾਰੀ ਆ ਗਈ ਜੇ ਬਿਮਾਰੀ ਆ ਜਵੇ ਉਦੋਂ ਪੈਸਾ ਚਾਹੀਦਾ ਇੱਕ ਜੇ ਵਿਆਹ ਕਰ ਲਿਆ ਜੇ ਮੈਂ ਧੀ ਪੁੱਤ ਦਾ ਵਿਆਹ ਕਰ ਲਿਆ ਸਾਰੇ ਉਮਰ ਕੱਪੜੇ ਲਵੇੜੇ ਨੇ ਖੇਤਾਂ 'ਚ ਦੋ ਪੈਸੇ ਲਾ ਕੇ ਤੇ ਉਹਦੇ ਤੇ ਵੀ ਬੁੱਧੀ ਜੀ ਵੀ ਬੜੇ ਸਿਆਣੇ ਕਈ ਲੋਕ ਨੇ ਉਹਨਾਂ ਨੂੰ ਆਬਜੈਕਸ਼ਨ ਹੋ ਜਾਂਦਾ ਕਿ ਭਈ ਆ ਉਹ ਤਾਂ ਪੈਸੇ ਲੁੱਟਾਂਦੇ ਨੇ ਸਾਨੂੰ ਦੋ ਜਗ੍ਹਾ ਤੇ ਖਰਚੇ ਜਿਹੜੇ ਨੇ ਐਕਸਟਰਾ ਕਰਨੇ ਪੈਂਦੇ ਨੇ ਉਹੀ ਸਾਡੇ ਕੋਲ ਹੈ ਨਹੀਂ ਐਮਐਸਪੀ ਨਾਲ ਅਸੀਂ ਘਰ ਤਾਂ ਚਲਾਈ ਜਾਂਦੇ ਨੇ ਐਜੂਕੇਸ਼ਨ ਲੈਣ ਜਾਈਏ ਸਾਨੂੰ ਉੱਥੇ ਸਮੱਸਿਆ ਸਾਡੀਆਂ ਦੋ ਲੋੜਾਂ ਸਰਕਾਰਾਂ ਪੂਰੀਆਂ ਕਰ ਦੇਣ ਐਜੂਕੇਸ਼ਨ ਫ੍ਰੀ ਕਰ ਦੇਣ ਤਾਂ ਅਸੀਂ ਸੁਖਾਲੇ ਹੋ ਜਾਾਂਗੇ ਸਾਡੀ ਜਿਹੜੀ ਬਿਮਾਰੀ ਦਾ ਉਹ ਸਰਕਾਰਾਂ ਜਿਹੜੀਆਂ ਨੇ ਉਹ ਜ਼ਿੰਮੇਵਾਰੀ ਲੈ ਲੈਣ ਅਸੀਂ ਸੁਖਾਲੇ ਹੋ ਜਾਾਂਗੇ ਅਸੀਂ ਔਖੇ ਤਾਂ ਤਾਂ ਹੀ ਹੁੰਦੇ ਆ ਨਾ ਵਾਕੀ ਤਾਂ ਅਸੀਂ ਚੜਾਈ ਰਹੇ ਹਾਂ ਬੜਾ ਸੋਹਣਾ ਤੇ ਪਰ ਸਰਕਾਰਾਂ ਦੇ ਰੋਲ ਨਹੀਂ ਉਹ ਸਾਡੀ ਹੌਂਦ ਨੂੰ ਖਤਮ ਕਰਨ ਨੂੰ ਤੁਲੀਆਂ ਹੋਈਆਂ ਨੇ ਉਹ ਨਹੀਂ ਚਾਹੁੰਦੀਆਂ ਕਿ ਅਸੀਂ ਆਰਥਿਕ ਤੌਰ ਤੇ ਸੁਰਖਰੂ ਹੋ ਜਾਈਏ ਤੇ ਦਿੱਲੀ ਵੱਲ ਨੂੰ ਜਾਈਏ ਦਿੱਲੀ ਜਾਵਾਂਗੇ ਤੇ ਹੱਕ ਵੀ ਮੰਗਾਂਗੇ ਉਹ ਇਸੇ ਚੱਕਰ 'ਚ ਆਪਾਂ ਨੂੰ ਆਰਥਿਕ ਤੌਰ ਤੇ ਤੋੜ ਕੇ ਰੱਖਣਾ ਚਾਹੁੰਦੀਆਂ ਨੇ ਦੀਪਸੀਧੂ ਭਾਜੀ ਹੋਰਾਂ ਨੇ ਬਹੁਤ ਵਧੀਆ ਤਰੀਕੇ ਨਾਲ ਜਦ ਗੱਲ ਕਰਦੇ ਨੇ ਸਮਝਾਉਂਦੇ ਨੇ ਮੇਰੇ ਮਨ ਨੂੰ ਤਸੱਲੀ ਹੋਈ ਕਿ ਵੀ ਹਾਂ ਕੋਈ ਤਾਂ ਹੈ ਜਿਹੜਾ ਤੁਹਾਡੂ ਨੌਜਵਾਨੀ ਜਿਹੜੀ ਬੈਠੀ ਉਹਨਾਂ ਨੂੰ ਦੱਸ ਸਕਦਾ ਕਿ ਕੀ ਵਾਪਰ ਗਿਆ ਸੀ 84 'ਚ ਕਿਉਂ ਵਾਪਰ ਗਿਆ ਸੀ ਕੀ ਕਾਰਨ ਸਨ ਉਹਦੇ ਬੜੇ ਡਿਟੇਲ 'ਚ ਉਹ ਦੱਸਦੇ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਇਹ ਮੋਰਚਾ ਜਿਹੜਾ ਜੰਗ ਵਿੱਚ ਕਦੇ ਬਹੁਤ ਗਿਣਤੀ ਨਹੀਂ ਲੜਿਆ ਕਰਦੀ ਇਹ ਸਾਰੇ ਜਾਣਦੇ ਨੇ ਜੇ ਬਹੁ ਗਿਣਤੀ ਲੜਦੀ ਤਾਂ ਚਮਕੌਰ ਦੀ ਗੜੀ ਵਿੱਚ ਯੁੱਧੇ ਨਾ ਹੁੰਦਾ ਜੰਗ ਵਿੱਚ ਲੜਦੀਆਂ ਨੇ ਮਜਬੂਤ ਬਾਹਾਂ ਦਲੇਰ ਹੌਸਲਾ ਗਿਣਤੀਆਂ ਨਹੀਂ ਲੜਿਆ ਕਰਦੀਆਂ ਇਹ ਜਿਹੜੇ ਮੁੱਦੇ ਤੁਸੀਂ ਲੈ ਕੇ ਚੁਰੇ ਹੋ ਇਹ ਬਹੁਤੇ ਇਕੱਠਾਂ ਦੀ ਲੋੜ ਨਹੀਂ ਹੈ ਇਹਦਾ ਵਿਚਾਰ ਨੇ ਜਿਹੜੇ ਤੁਹਾਡੇ ਚ ਉਹ ਪੈਦਾ ਕਰ ਰਹੇ ਨੇ ਤੇ ਇਹ ਵਿਚਾਰ ਇੱਕਦਮ ਦੂਰ ਤੱਕ ਜਾਣਗੇ ਜ਼ਰੂਰ ਕੋਈ ਨਾ ਕੋਈ ਇਹਨਾਂ ਦੇ ਸਿੱਟੇ ਨਿਕਲਣਗੇ ਤੇ ਜਿਹੜੀ ਉਹ ਗੱਲ ਕਹਿੰਦੇ ਨੇ ਕਿ ਸ਼ਬਦਾਂ ਦੀ ਚੋਣ ਵੀ ਆਪਾਂ ਨੂੰ ਸਹੀ ਢੰਗ ਨਾਲ ਕਰਨੀ ਪਊਗੀ ਨਹੀਂ ਤੇ ਵਖਵਾਦੀ ਅਤਵਾਦੀ ਕਹਿ ਕੇ ਆਪਾਂ ਨੂੰ ਫੇਰ ਲਤਾੜ ਦਿੱਤਾ ਜਾਏਗਾ ਫੇਰ ਬੱਕਰੀਆਂ ਕਰ ਦਿੱਤਾ ਜਾਏਗਾ ਫਿਰ ਦੇਖ ਹੀ ਰਹੀ ਹਾਂ ਦੋ ਤਿੰਨ ਦਿਨ ਹੋ ਗਏ ਕਿਹੋ ਜਿੇ ਵਰਤਾਰੇ ਵਰ ਪ ਰਹੇ ਨੇ ਕਿਤੇ ਕਿਸੇ ਤੇ ਹਮਲਾ ਹੋ ਰਿਹਾ ਹੈ ਕਿਤੇ ਮਹਾਰਾਜ ਦੀ ਬੇਦਬੀ ਹੋ ਰਹੀ ਹੈ ਇਹ ਮਹਾਰਾਜ ਦੀ ਬੇਦਬੀ ਦਾ ਵੀ ਕਿੰਨਾ ਲੰਮਾ ਕੰਮ ਚੱਲ ਰਿਹਾ ਚਾਰ ਪੰਜ ਸਾਲਾਂ ਛਿਆਂ ਤੋਂ ਤਾਂ ਬਹੁਤ ਜ਼ਿਆਦਾ ਸਾਡੇ ਬਾਪ ਨੂੰ ਰੋਲਿਆ ਜਾ ਰਿਹਾ ਪਤਾ ਨਹੀਂ ਕਿਉਂ ਕੀ ਚਾਹੁੰਦੇ ਨੇ ਉਹ ਲੋਕ ਜਿਹੜਾ ਇਹ ਸਭ ਕੁਝ ਕਰ ਰਹੇ ਨੇ ਸੋ ਮੈਂ ਇੱਕ ਕੋਈ ਪੋਲਿਟਿਕਲ ਲੀਡਰ ਨਹੀਂ ਹਾਂ ਪਰ ਮੈਂ ਇਹਨਾਂ ਲੀਡਰਾਂ ਨੂੰ ਵੇਖਿਆ ਮੈਂ ਜਥੇਦਾਰ ਮੋਹਨ ਸਿੰਘ ਤੁੜ ਸ਼੍ਰੋਮਣੀ ਅਕਾਲ ਦੇ ਪ੍ਰਧਾਨ ਨੇ ਜਿਹੜੇ ਉਹਨਾਂ ਦੇ ਪੋਤੇ ਜਵਾਈਆਂ ਮੇਰੇ ਸਹੁਰਾ ਸਾਹਿਬ ਮੈਂਬਰ ਪਾਰਲੀਮੈਂਟ ਰਹੇ ਨੇ ਲੈਣਾ ਸਿੰਘ ਜੀ ਤੁੜ ਮੇਰੇ ਚਾਚਾ ਸਹੁਰਾ ਐਮ ਵੀ ਰਹੇ ਨੇ ਤਿੰਨ ਵਾਰ ਮੇਰੇ ਪਰਿਵਾਰ ਚ 6 ਵਾਰ ਮੈਂਬਰ ਪਾਰਲੀਮੈਂਟ ਰਹੇ ਨੇ ਤੇ ਇਹਨਾਂ ਜਿਹੜੇ ਅਕਾਲੀ ਲੀਡਰ ਨੇ ਨਾ ਹੁਣ ਇਹ ਕੁਰਸੀਆਂ ਤੇ ਬੈਠੇ ਨੇ ਬੜੇ ਨੇੜਿਓਂ ਵੇਖੇ ਨੇ ਮੇਰੇ ਸਹਰਾ ਸਭ ਮੈਂਬਰ ਪਾਰਲੀਮੈਂਟ ਹੁੰਦੇ ਹੋਇਆ ਉਹਨਾਂ ਦੀ ਪਾਵਰ ਇੰਨੀ ਕਿ ਘਟਾ ਦਿੱਤੀ ਜਾਂਦੀ ਸੀ ਕਿ ਪਟਵਾਰੀ ਵੀ ਨਾ ਮੰਨੇ ਕਿਉਂ ਕਿਉਂਕਿ ਇਮਾਨਦਾਰ ਸਨ ਉਹਨਾਂ ਨੇ ਮੋਰਚੇ ਲਾਇਏ ਸਨ ਉਹ ਪੰਥ ਦੀ ਗੱਲ ਕਰਦੇ ਸਨ ਇਸ ਕਾਰਨ ਮੈਂ ਤੁਹਾਨੂੰ ਕੋਈ ਆਈਡੈਂਟੀਫਿਕੇਸ਼ਨ ਨਹੀਂ ਦੇਣ ਆਇਆ ਸਾਡੀ ਸਾਡੇ ਤਾਂ ਸਾਡੇ ਤਾਂ ਇਹ ਹੁਕਮ ਹੋਇਆ ਕਰਦੇ ਸਨ ਮੇਰੇ ਸਹਰਾ ਸਭ ਮੈਂਬਰ ਪਾਰਲੀਮੈਂਟ ਤੇ ਮੈਂ ਟੀਚਰ ਹਾਂ ਤੇ ਉਹਨਾਂ ਨੇ ਬਿਠਾ ਕੇ ਮੈਨੂੰ ਕਹਿਤਾ ਕਿ ਮੇਰਾ ਨਾਮ ਲੈ ਕੇ ਜੀ ਡੀਓ ਵੀਓ ਆਫਿਸ ਚ ਲਿਆ ਗਿਆ ਨਾ ਤਾਂ ਮੈਂ ਤੇਰਾ ਨਹੀਂ ਤੂੰ ਮੇਰਾ ਉਹਨਾਂ ਦੇ ਮੈਂਬਰ ਪਾਰਲੀਮੈਂਟ ਹੁੰਦੇ ਆ ਅਸੀਂ ਕਦੇ ਜਾ ਕੇ ਕਿਸੇ ਆਫਿਸ ਨੂੰ ਇਹ ਨਹੀਂ ਕਹਿ ਸਕਦੇ ਸੀਗੇ ਕਿ ਅਸੀਂ ਉਹਦੇ ਜਮਾਈ ਆ ਤੇ ਇਹ ਕੰਮ ਕਰਦੇ ਕਿ ਕਰਨਾ ਕਹਿੰਦੇ ਨੇ ਆਪਣੇ ਦਮ ਤੇ ਕਰਿਓ ਝੋ ਉਹਨਾਂ ਦੀ ਵੀ ਪਗਾਈ ਅਸੀਂ ਅੱਜ ਵੀ ਅਸੀਂ ਸਿੰਪਲ ਜ਼ਿੰਦਗੀ ਜਿਉਂਦੇ ਆ ਕੋਈ ਪੋਲਿਟੀਕਲ ਬੰਦੇ ਨਹੀਂ ਨਾ ਸਾਨੂੰ ਕੋਈ ਕਿਉਂਕਿ ਇਹੋ ਜਿਹਾ ਵਰਤਾਰਾ ਉਥੇ ਪੋਲਿਟਿਕਲ ਲੋਕਾਂ ਦਾ ਇਹੋ ਜਿਹੇ ਲੋਕ ਇਕੱਠੇ ਹੋਏ ਵੇ ਨੇ ਜਿਹੜਾ ਸਿਰਫ ਪੈਸਾ ਪੈਸਾ ਪੁਕਾਰਦੇ ਨੇ ਤੇ ਫਿਰ ਉਹ ਟਿਕਟਾਂ ਵੀ ਕੱਚੀਆਂ ਗਈਆਂ ਘਰੇ ਬੈਠ ਗਏ ਸਭ ਕੁਝ ਹੋ ਗਿਆ ਖਾਲੀ ਹੋਏ ਹੋਏ ਆ ਕੁਝ ਵੀ ਨਹੀਂ ਹੈਗਾ ਜੇ ਕਹੀਏ ਉਹ ਤੇ ਮੈਂ ਤੁਹਾਨੂੰ ਤਾਂ ਦੱਸਿਆ ਕਿ ਪੋਲਿਟਿਕਲ ਲੋਕਾਂ ਨੂੰ ਇਹ ਚੀਜ਼ ਹੁੰਦੀ ਹੈ ਕਿ ਜਿਹੜਾ ਇਮਾਨਦਾਰ ਹੈ ਉਸ ਨੂੰ ਕਿਸੇ ਤਰ੍ਹਾਂ ਖੁੱਡੇ ਲੈਣ ਲਾਤ ਆ ਜਾਏ ਸਾਡੇ ਤਾਂ ਪਰਿਵਾਰ ਨੂੰ ਅੱਛੀ ਤਰ੍ਹਾਂ ਖੁੱਡੇ ਲੈਣ ਲਾਇਆ ਹੋਇਆ ਕੁਝ ਵੀ ਨਹੀਂ ਕਿਸੇ ਨੂੰ ਅੱਗੇ ਆਣ ਦਿੱਤਾ ਹੀ ਨਹੀਂ ਉਸ ਤੋਂ ਬਾਅਦ ਉਹ ਤੁਰ ਗਏ ਉਹ ਨਹੀਂ ਤਾਂ ਡੈੱਥ ਹੋ ਗਈ ਅਗਰ ਮਿਰਸਾ ਸਾਹਿਬ ਜੀ ਤਾਂ ਹੁਣ ਸੋ ਕਹਿਣ ਦਾ ਭਾਵ ਕਿ ਇਹ ਚੀਜ਼ ਦੇਖ ਕੇ ਮਨ ਨੂੰ ਬੜੀ ਤਸੱਲੀ ਹੋਈ ਨਾ ਮੈਂ ਲੀਡਰ ਹਾਂ ਨਾ ਮੈਨੂੰ ਲੀਡਰ ਹੀ ਕਰਨੀ ਹੈ ਮੈਂ ਤਾਂ ਬਸ ਸਿੰਪਲ ਗੱਲ ਦੱਸ ਰਿਹਾ ਕਿ ਇਹ ਕੁਝ ਉੱਤੇ ਵਾਪਰਦਾ ਉਹ ਵੀ ਵੇਖਿਆ ਮੈਂ ਤੇ ਆ ਇਹ ਵੀ ਵੇਖ ਰਿਹਾ ਕਿ ਜੇ ਚਿੰਗ ਉਠੂਗੀ ਤਾਂ ਇਸ ਥਾਂ ਤੋਂ ਉਠੂਗੀ ਜੇ ਕੁਝ ਬਣੂੰਗਾ ਪੰਜਾਬ ਦਾ ਤਾਂ ਇਸ ਥਾਂ ਤੋਂ ਬਣੂੰਗਾ ਜੇ ਕੁਝ ਬਣੂੰਗਾ ਤਾਂ ਦੀਪ ਸਿੱਧੂ ਵਰਗਿਆਂ ਦੀ ਸੋਚ ਨਾਲ ਬਣੂੰਗਾ ਜਿਹੜੇ ਇਹ ਫਿਰਦੇ ਨੇ ਨਾ ਕਿਸਾਨੀ ਉਹਦੇ ਚ ਡੰਡੇ ਚ ਝੰਡਾ ਲਾਉਣ ਨੂੰ ਪੋਲਿਟਿਕਲ ਪਾਰਟੀਆਂ 2022 ਦਾ ਇਹ ਕਿਹੜੀ ਕਿਹੜੀ ਚੀਜ਼ ਲੈਣਾ ਚਾਹੁੰਦੀਆਂ ਨੇ ਚੀਫ ਮਿਨਿਸਟਰੀ ਲੈਣਾ ਚਾਹੁੰਦੀਆਂ ਨੇ ਕੀ ਰਹਿ ਗਿਆ ਚੀਫ ਮਿਨਿਸਟਰ ਕੋਲ ਇੱਕ दारू ਦਾ ਵਿਭਾਗ ਇੱਕ दारू ਦਾ ਵਿਭਾਗ ਰਹਿ ਗਿਆ ਤੇ ਇੱਕ ਪੁਲਿਸ ਦੋ ਵਿਭਾਗੇ ਰਹਿ ਗਏ ਨੇ ਤੇ ਪੁਲਿਸ ਨਾਲ ਜ਼ੋਰ ਨਾਲ ਆਪਣਾ ਰਾਜ ਕਾਇਮ ਕਰ ਲੋ ਤੇ ਕੋਈ ਅੱਗੇ ਐਜੀਟੇਸ਼ਨ ਨਾ ਆਵੇ ਇਹ ਕੰਮ ਕਰ ਲੋ ਤੇ ਉਸ ਚੀਫ ਮਿਨਿਸਟਰ ਨੂੰ ਲੈਣ ਲਈ ਪਾਰਟੀਆਂ ਤਲੋ ਮੱਚੀ ਹੋਈ ਪਈਆਂ ਰਹਿਣੀਆਂ ਨੇ ਜਿਨ੍ਹਾਂ ਜਿਹੜੀ ਪਾਵਰ ਹੀ ਕੋਈ ਨਹੀਂ ਰਹੀ ਪਾਵਰ ਕਿੱਥੇ ਆਉਗੀ ਫੈਡਰਲ ਢਾਂਚੇ ਨਾਲ ਆਉਗੀ ਗੱਲ ਫੈਡਰਲ ਢਾਂਚੇ ਦੀ ਹੈ ਸੰਘੀਟਾਂਚੇ ਦੀ ਹੈ ਕਿ ਵਾਧੇਦਕਾਰ ਜਿਹੜੇ ਹੋਣ ਤਾਂ ਹੀ ਤੁਹਾਡਾ ਐਜੂਕੇਸ਼ਨ ਦਾ ਜਿਹੜਾ ਡਿਪਾਰਟਮੈਂਟ ਹੈ ਤੇ ਖੇਤੀਬਾੜੀ ਦਾ ਸੰਭਰਤੀ ਸੂਚੀ ਚਾਹੁੰਦਾ ਉਹ ਉਥੋਂ ਕਾਨੂੰਨ ਬਣਾ ਕੇ ਤੁਹਾਡੇ ਕੋਲ ਭੇਜਣ ਲੱਗ ਪਏ ਨੇ ਹੱਦ ਹੋ ਗਈ ਹੈ ਨਾ ਕੋਈ ਪੁੱਛਣ ਵਾਲਾ ਨਹੀਂ ਇਹ ਪੋਲਿਟਿਕਲ ਪਾਰਟੀਆਂ ਉਸ ਪਾਸੇ ਵੱਲ ਜਾਂਦੀਆਂ ਨੇ ਕਿ ਵੀ ਅਸੀਂ ਆਪਣੇ ਅਧਿਕਾਰਾਂ ਦੀ ਗੱਲ ਕਰੀ ਕਿਸਾਨ ਤਾਂ ਆਪਣੀ ਐਮਐਸਪੀ ਦੀ ਗੱਲ ਕਰੇਗਾ ਸਾਨੂੰ ਤਾਂ ਪੈਸਾ ਚਾਹੀਦਾ ਅਸੀਂ ਕਰ ਰਹੇ ਹਾਂ ਜਿਹੜੀ ਪੋਲਿਟਿਕਲ ਪਾਰਟੀਆਂ ਜਿਨ੍ਹਾਂ ਦੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਉਹ ਜਾਣ ਆਪਣੇ ਹੱਕਾਂ ਦੀ ਗੱਲ ਕਰਨ ਕਿ ਪੰਜਾਬ ਦੇ ਕਾਨੂੰਨ ਤੁਸੀਂ ਦਿੱਲੀੋਂ ਭੇਜਣ ਲੱਗ ਪਏ ਹੋ ਅਸੀਂ ਕੀ ਕਰਾਂਗੇ ਕਾਹਦੇ ਲਈ ਚੀਫ ਮਿਨਿਸਟਰ ਬਿਠਾਇਆ ਵੋਟਰ ਮਾਰਨ ਲਈ ਬਿਆਹ ਹੁਟਰ ਮਾਰ ਕੇ ਆ ਲੰਘਿਆ ਹੁਟਰ ਮਾਰ ਕੇ ਇਦਾਂ ਦੀ ਲੰਘਿਆ ਅਸੀਂ ਇਸਲਾਮੀਆਂ ਦੇਤੀਆਂ ਬਸ ਗੱਲ ਖਤਮ ਪਾਵਰ ਕਿੱਥੇ ਗਈ ਪਾਵਰ ਦਿੱਲੀ ਕੋਲ ਚਲੀ ਗਈ ਪਤਾ ਨਹੀਂ ਉਹ ਬਿਨਾ ਪਾਵਰ ਦੀ ਚੀਫ ਮਿਨਿਸਟਰੀ ਲੈ ਕੇ ਕੀ ਕਰਨਾ ਚਾਹੁੰਦੇ ਨੇ ਪਰ ਇਹ ਜਿਹੜਾ ਵਾਪਰਿਆ ਪੰਜਾਬ ਦੇ ਵਿੱਚ ਇਹਦੇ ਕੁਝ ਨੁਕਸ ਕੁਝ ਨਵਾਂ ਨਿਕਲੂਗਾ ਜਿਹੜੇ ਲੋਕ ਨੇ ਪੋਲੀਟੀਕਲ ਤੌਰ ਤੇ ਇਹਨਾਂ ਨੂੰ ਅੱਗੇ ਆਣਾ ਚਾਹੀਦਾ ਹੈ ਕਹਿ ਦਿੰਦੇ ਨੇ ਅਸੀਂ ਪੋਲੀਟੀਕਲ ਤੌਰ ਤੇ ਨਹੀਂ ਆਣਾ ਕਿਉਂਕਿ ਡੈਮੋਕ੍ਰੇਸੀ 'ਚ ਅਸੀਂ ਰਹਿੰਦੇ ਆ ਪੋਲੀਟਿਕਸ ਦਾ ਹਿੱਸਾ ਤਾਂ ਆਪਾਂ ਨੂੰ ਬਣਨਾ ਪਊਗਾ ਜੇ ਨਹੀਂ ਬਣੋਂਗੇ ਤਾਂ ਤੁਸੀਂ ਪਛੜ ਜਾਓਗੇ ਸਦਾ ਹੀ ਤਾ ਐਜੀਟੇਸ਼ਨ ਨਹੀਂ ਕਰਨੇ ਨਾ ਆਪਾਂ ਨੇ ਜਿਹੜੇ ਰਾਜ ਸੱਤਾ ਉਹ ਮਾਨ ਰਹੇ ਨੇ ਆਮ ਲੋਕ ਕਿਉਂ ਨਹੀਂ ਇੱਕ ਲੀਡਰ ਉਹਦਾ ਪੁੱਤ ਉਹਦਾ ਪੋਤਾ ਤਿੰਨ ਤਿੰਨ ਪੀੜ੍ਹੀਆਂ ਮੈਂ ਵੇਖਦਾ ਕਿ ਉਹੀ ਤੋਂ ਬਾਅਦ ਉਹੀ ਉਹੀ ਤੋਂ ਬਾਅਦ ਉਹੀ ਚੱਲ ਰਿਹਾ ਫਿਰ ਆਪਣੇ ਪੁੱਤ ਨੂੰ ਇੱਕ ਨਹੀਂ ਦੋ ਦੋ ਤਿੰਨ ਤਿੰਨ ਉਹਦੇ ਦੇਣਗੇ ਉਦੋਂ ਸੰਗਤ ਚ ਕੋਈ ਉੱਠ ਕੇ ਨਹੀਂ ਕਹਿੰਦਾ ਕਿ ਭਾਈ ਇੱਕ ਸਾਡੇ ਇਲਾਕੇ ਦੇ ਵਿੱਚ ਨੂੰ ਕਿਸੇ ਨੂੰ ਵੀ ਦੇ ਦੇ ਆਪਣੇ ਪੁੱਤ ਨੂੰ ਕਿਉਂ ਦੋ ਦੋ ਤਿੰਨ ਤਿੰਨ ਦੇਈਆਂ ਨਾ ਨਹੀਂ ਕੋਈ ਸਵਾਲ ਨਹੀਂ ਾਰੇ ਤੁਸੀਂ ਬੈਠੇ ਜਿਹੜੇ ਲੋਕ ਇਹ ਸਵਾਲ ਕਰਨ ਵਾਲੇ ਨੇ ਇਹਨਾਂ ਦੀਆਂ ਅਣਖਾਂ ਜਾਗਦੀਆਂ ਨੇ ਬਹੁਤ ਲੰਮਾ ਮੈਂ ਸਮਾਂ ਨਾਲ ਲੰਮਾ ਕੋਈ ਬਹੁਤ ਪੋਲਿਟੀਕਲ ਲੀਡਰ ਨਹੀਂ ਹਮੈਂ ਪਤੇ ਬਲਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ